ਗੈਂਗਸਟਰਾਂ ਵੱਲੋਂ ਵਾਰਦਾਤ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾਉਣ ਤੋਂ ਬਾਅਦ ਕਿਹੜਾ ਪੁਲਿਸ ਨੂੰ ਇਸ ਦੇ ਬਾਰੇ ਮਾਮਲਾ ਪਤਾ ਲੱਗਦਾ ਹੈ ਅਤੇ ਜਾਂਚ ਕੀਤੀ ਜਾਂਦੀ ਹੈ ਅਤੇ ਜਲੰਧਰ ਦਿਆਤ ਦੀ SSP ਦਿਆਤ ਦੀ ਪੁਲਿਸ ਵੱਲੋਂ 4 ਨੌਜਵਾਨ ਜਿਹੜੇ ਗ੍ਰਿਫਤਾਰ ਕੀਤੇ ਜਾਂਦੇ ਨੇ? ਸਾਡੇ ਨਾਲ SSP ਹੈ ਸਰ, ਅੱਜ ਵੱਡੀ ਕਿਹੜੀ ਮਾਤਰਾ ਦੇ ਵਿੱਚ ਅਸਲਾ ਕਿਹੜਾ ਫੜਿਆ ਗਿਆ ਹੈਗਾ ਵਾ ਅਤੇ ਹਾਂਜੀ, ਇੱਕ ਬੜਾ ਅੱਛਾ ਕੈਚ ਹੈਗਾ ਜਿਹੜਾ ਜਲੰਧਰ ਰੂਰਲ ਪੁਲਿਸ ਵੱਲੋਂ ਕੀਤਾ ਗਿਆ। ਇਹਦੇ ਵਿੱਚ ਸਾਡਾ SHO ਭੋਗਪੁਰ ਹੈਗਾ ਇੰਸਪੈਕਟਰ, ਉਹਨੇ ਬੜੀ ਅੱਛੀ ਇਨਫੋਰਮੇਸ਼ਨ 'ਤੇ ਡਿਵੈਲਪ ਕੀਤਾ ਸਾਰਾ ਮਡੂਲ, ਉਹਨੂੰ ਅਰੈਸਟ ਕੀਤਾ। ਇਹਦੇ ਵਿੱਚ 4 ਬੰਦੇ ਜਿਹੜੇ ਹੈਗੇ ਆ ਮੁੰਡੇ, ਉਹ ਅਰੈਸਟ ਕੀਤੇ ਗਏ ਨੇ। ਇਹਨਾਂ ਕੋਲ 4 ਵੈਪਨ ਮਿਲੇ ਹੈਗੇ ਆ, ਇੱਕ ਗਲੋਕ ਪਿਸਟਲ ਹੈਗਾ ਬੜਾ ਸਫਿਸਟੀਕੇਟਡ ਚਾਈਨੀਜ਼ ਵੈਪਨ, 2.34 ਦੇ ਪਿਸਟਲ ਹੈਗੇ ਆ ਔਰ ਇੱਕ ਰਿਵੋਲਵਰ ਹੈਗਾ। ਜਦੋਂ 2 ਕਾਰਾਂ ਜਿਹੜੀਆਂ ਹੈਗੀਆਂ ਜਿਨ੍ਹਾਂ 'ਚ ਸਵਾਰ ਸੀਗੇ, ਇੱਕ ਬਰੀਜ਼ਾ ਕਾਰ ਹੈਗੀ ਹੈ, ਇੱਕ XUV ਮਹਿੰਦਰਾ ਕਾਰ ਹੈਗੀ ਹੈ, ਉਹ ਵੀ ਨਵੀਆਂ ਗੱਡੀਆਂ ਨੇ, ਉਹਨਾਂ ਨੂੰ ਵੀ ਪ੍ਰੂਵ ਕਰ ਰਹੇ ਹਾਂ ਵੀ ਉਹ ਕਿੱਥੋਂ ਆਈਆਂ ਇਹਨਾਂ ਕੋਲ। ਜਦੋਂ ਇਹਨਾਂ ਦੀ ਇਨਵੈਸਟੀਗੇਸ਼ਨ ਹੋਈ ਆ, ਇਹਨਾਂ ਨੇ ਦੱਸਿਆ ਵੀ ਇੱਕ ਮੁੰਡਾ ਇਹਨਾਂ 'ਚ ਸੋਨੂ ਸਾਬੀ ਕਮਾਂਡੋ ਹੈ। ਇਹ 23 ਜੁਲਾਈ ਨੂੰ ਇਸ ਬੰਦੇ ਨੇ ਗਾਂਧੀ ਕੈਂਪ ਲਾ ਕੇ ਬਟਾਲੇ ਦੇ ਵਿੱਚ ਇੱਕ ਮਰਡਰ ਕੀਤਾ ਸੀ। ਇੱਕ ਨਹੀਂ, 2 ਹੀ ਸੀ ਇੱਕ ਤਰ੍ਹਾਂ ਦੇ, ਦੂਸਰਾ ਬੰਦਾ ਹਲੇ ਤੱਕ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ, ਉੱਥੇ ਹੋਸਪਿਟਲਾਈਜ਼ ਹੈਗਾ। ਅਤੇ ਉਹਨੂੰ ਉਹ ਮਰਡਰ ਕਰਨ ਤੋਂ ਬਾਅਦ ਇਹ ਆ ਗਿਆ। ਜਦੋਂ ਉਹ ਮਰਡਰ ਹੋਇਆ ਤਾਂ ਉਹਦੇ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਬਦਮਾਸ਼ਾਂ ਨੇ ਪੋਸਟਾਂ ਪਾ ਕੇ ਉਹਨੂੰ ਗਲੋਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜੀ ਇਹ ਫਲਾਨੇ ਨੇ ਕਰਵਾਇਆ, ਜੱਗੂ ਭਗਵਾਨਪੁਰੀਆ ਨੇ ਕਰਾਇਆ, ਕਿਸੇ ਨੇ ਕਰਾਇਆ। ਅਤੇ ਉਦੋਂ ਤੋਂ ਹੀ ਜਿਹੜਾ ਹੈਗਾ ਪੁਲਿਸ ਦੀ ਨਜ਼ਰ ਬਣੀ ਹੋਈ ਸੀਗੀ। ਬਟਾਲਾ ਪੁਲਿਸ ਨੇ ਜਿਹੜੇ ਇਹਨਾਂ ਬੰਦਿਆਂ ਨੇ ਜਿੱਥੋਂ ਵੈਪਨ ਲਏ ਸੀ, ਔਲਰੇਡੀ ਉਸ ਮੁੰਡੇ ਨੂੰ ਅਰੈਸਟ ਕੀਤਾ ਹੋਇਆ, ਉਹਨੂੰ ਵੀ ਅਸੀਂ ਜੇਲ੍ਹ ਤੋਂ ਲਿਆ ਕੇ ਉਹਦੀ ਪੁੱਛਗਿੱਛ ਕਰਾਂਗੇ। ਔਰ ਇਹਦੇ ਵਿੱਚ ਫਰਦਰ ਜੋ ਇਹਨਾਂ ਨੇ ਆਪਣੀ ਇੰਟੈਰੋਗੇਸ਼ਨ 'ਚ ਦੱਸਿਆ ਵੀ ਇੱਕ ਆਂਡਾ ਆਂਡਾ ਨਾਂ ਦਾ ਕੋਈ ਬਦਮਾਸ਼ ਹੈਗਾ ਲੋਕਲ ਲੈਵਲ ਦਾ, ਉਹ ਹੁਣ ਇੱਥੋਂ ਭੱਜ ਕੇ ਜਰਮਨ ਚਲੇ ਗਿਆ। ਉੱਥੋਂ ਉਹਨੇ ਇਹਨਾਂ ਨੂੰ ਉਹ ਓਪਰੇਟ ਕਰ ਰਿਹਾ ਸੀਗਾ ਇਸ ਸਾਰੇ ਮਡੂਲ ਨੂੰ, ਉਹ ਹੁਣ ਜਿਹੜੀ ਫਰਦਰ ਇਨਵੈਸਟੀਗੇਸ਼ਨ ਉਹ 'ਚ ਸਾਰੀ ਕਲੀਅਰ ਕੀਤੀ ਜਾਊਗੀ। ਆਂਡੇ ਦਾ ਲਿੰਕ ਜਿਹੜਾ ਹੈਗਾ ਉਹ ਜੱਗੂ ਭਗਵਾਨਪੁਰੀ ਨਾਲ ਸੀ। ਕਿਹੜੇ 4 ਲੋਕ ਫੜੇ ਗਏ? ਕਿ ਇਹਨਾਂ ਦੀ ਕਿਸੇ ਗੈਂਗ ਦੇ ਨਾਲ ਸੀ ਜਾਂ ਇੱਥੇ ਜਲੰਧਰ ਦੇ ਵਿੱਚ ਪਰਮਾਨੈਂਟ ਰਹਿੰਦੇ ਸੀ ਜਾਂ ਇੱਥੇ ਕੋਈ ਇਹਨਾਂ ਨੇ ਵੱਡੀ ਵਾਰਦਾਤ ਕਰਨੀ? ਇਹ 2-3 ਮੁੰਡੇ ਸਾਡੇ ਲੋਕਲ ਹੈਗੇ ਜਿਹੜੇ ਪਰਮਾਨੈਂਟ ਇੱਥੇ ਦੇ ਰਹਿਸ਼ੀ ਹੈ। ਜਿਹੜਾ ਇਹ ਮੇਨ ਸਾਬੀ ਕਮਾਂਡੋ ਆ, ਇਹਨੇ ਇੱਥੇ ਆ ਕੇ ਨਵਾਂ ਗਰੁੱਪ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਇਹਨਾਂ ਮੁੰਡਿਆਂ ਦਾ ਵੀ ਪਾਸਟ ਰਿਕਾਰਡ ਸੀਗਾ, ਕ੍ਰਿਮੀਨਲ ਬਦਮਾਸ਼ੀ ਦੇ ਪਰਚੇ ਦਰਜ ਸੀਗੇ ਇਹਨਾਂ 'ਤੇ। ਅਤੇ ਇਹਦੀ ਕੋਸ਼ਿਸ਼ ਸੀਗੀ ਵੀ ਮੈਂ ਹੁਣ ਇੱਕ ਇਲਾਕਾ ਛੱਡ ਕੇ ਦੂਜੇ ਇਲਾਕੇ 'ਚ ਸਰਗਰਮ ਹੋਵਾਂ, ਜੇ ਉਹਨੂੰ ਪੁਲਿਸ ਨੇ ਇੱਕਦਮ ਨਾਕਾਮ ਕੀਤਾ। ਇਹਨਾਂ ਦੇ ਉੱਤੇ ਕਿੰਨੇ ਮਾਮਲੇ ਦਰਜ ਨੇ ਅਤੇ ਇਹ ਆਪਸ 'ਚ ਇਹਨਾਂ ਦਾ ਕੀ ਰਾਬਤਾ ਹੈ? ਜਿਹੜਾ ਸਾਬੀ ਕਮਾਂਡੋ ਹੈ ਇਹਦੇ ਉੱਪਰ ਅਟੈਂਪਟ ਟੂ ਮਰਡਰ, ਲੂਟਿੰਗ, ਐਕਸਟੋਰਸ਼ਨ, ਇੱਦਾਂ ਦੇ 5-7 ਪਰਚੇ ਦਰਜ ਹੈਗੇ ਆ। ਜਿਹੜੇ ਲੋਕਲ ਸਾਡੇ ਬੰਦੇ, ਇਹਨਾਂ ਦੇ ਉੱਪਰ ਵੀ 2-3 ਪਰਚੇ ਦਰਜ ਹੈਗੇ ਬਦਮਾਸ਼ੀਆਂ ਕਰਨ ਦੇ, ਅਤੇ ਆਪਸ 'ਚ ਕਨੈਕਸ਼ਨ ਅਸੀਂ ਪ੍ਰੂਵ ਕਰ ਰਹੇ ਹਾਂ। ਇੱਕ ਅਕਸਰ ਦੇਖਿਆ ਜਾਂਦਾ ਹੈ ਜਦੋਂ ਵਾਰਦਾਤ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਪੋਸਟ ਪਾਈਆਂ ਜਾਂਦੀਆਂ, ਆਪਣੀਆਂ ਪੋਸਟ ਪਾਈਆਂ ਜਾਂਦੀਆਂ, ਅਸੀਂ ਇਸ ਦੇ ਉੱਤੇ ਕਿਹੜਾ ਇਸਦਾ ਆਪਣੇ ਉੱਤੇ ਲੈਂਦੇ ਹੈਗੇ ਹਾਂ। ਇਹ ਕੀ ਲੱਗਦਾ ਤੁਹਾਨੂੰ, ਲਗਾਤਾਰ ਕਿਹੜੀ ਸੋਸ਼ਲ ਮੀਡੀਆ ਯੂਥ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਵੱਲ ਚੱਲਦਾ? ਦੇਖੋ, ਯੂਥ ਨੂੰ ਮੈਂ ਤੁਹਾਡੇ ਰਾਹੀਂ ਫਿਰ ਗਾਈਡ ਕਰਨਾ ਚਾਹੁੰਦਾ ਵੀ ਜਿਹੜਾ ਇਹ ਸੋਸ਼ਲ ਮੀਡੀਆ ਦੇ ਉੱਪਰ ਇਹ ਬਦਮਾਸ਼ ਡਰਾਮੇਬਾਜ਼ੀ ਕਰਦੇ ਹੈਗੇ, ਗਲੋਰੀਫਾਈ ਕਰਦੇ ਆ ਇਹਨਾਂ ਗੱਲਾਂ ਨੂੰ, ਉਹ ਸਿਰਫ ਇਹਨਾਂ ਦਾ ਆਪਣਾ ਮਕਸਦ ਹੱਲ ਹੁੰਦਾ ਜੇਲ੍ਹਾਂ 'ਚ ਬੈਠੇ ਬੰਦਿਆਂ ਦਾ, ਵੀ ਅਸੀਂ ਉਸ ਚੀਜ਼ ਨੂੰ ਭਰਮਾ ਕੇ ਆਪਣਾ ਕੰਮ ਚਲਾਈਏ। ਜਦਕਿ ਜਿਹੜੇ ਬੱਚੇ ਹੈਗੇ ਆ, ਨੌਜਵਾਨ ਆ ਸਾਡੇ, ਉਹ ਵਿਚਾਰੇ ਇਸ ਭਰਮਾਟ 'ਚ ਆ ਜਾਂਦੇ ਆ ਅਤੇ ਇਹਨਾਂ ਦੇ ਇਸ਼ਾਰਿਆਂ 'ਤੇ ਕੰਮ ਕਰਨ ਲੱਗਦੇ ਆ। ਸਾਡਾ ਸਾਈਬਰ ਵਿੰਗ ਸਟੇਟ ਲੈਵਲ 'ਤੇ ਵੀ ਬਣਿਆ ਹੋਇਆ। ਰੀਸੈਂਟਲੀ ਪੰਜਾਬ ਗੌਰਮੈਂਟ ਨੇ, CM ਸਾਹਿਬ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਸਾਈਬਰ ਪੁਲਿਸ ਸਟੇਸ਼ਨ ਬਣਾ ਦਿੱਤਾ ਗਿਆ, ਜਿਹੜਾ ਕਿ ਆਪਣੀ ਤਿੱਖੀ ਨਜ਼ਰ ਜਿਹੜੀ ਹੈਗੀ ਆ ਉਹ ਸਾਰੇ ਇਸ ਜਿਹੜੀ ਸਾਈਬਰ ਸਪੇਸ ਹੈਗੀ ਆ ਉੱਤੇ ਰੱਖਦਾ ਹੈਗਾ। ਜਦੋਂ ਵੀ ਹੁਣ ਇਸ ਕੰਮ ਦੇ ਵਿੱਚ ਵੀ ਜਦੋਂ ਮਰਡਰ ਹੋਇਆ ਗਾਂਧੀ ਕੈਂਪ ਦਾ, ਉਹ ਵੀ ਸਾਈਬਰ ਦੇ ਨੋਟਿਸ 'ਚ ਆ ਗਿਆ, ਇਮੀਡੀਏਟਲੀ ਉਹਨੂੰ ਪਲੱਗਇਨ ਕੀਤਾ ਗਿਆ, ਤਾਂ ਹੀ ਜਿਹੜਾ ਇਹਨਾਂ ਦਾ ਸੋਰਸ ਸੀਗਾ ਜਿੱਥੋਂ ਇਹ ਵੈਪਨ ਲਿਆਉਂਦੇ ਉਹ ਬੰਦਾ ਫੜਿਆ ਗਿਆ। ਵੈਪਨ ਬਾਹਰੋਂ ਲੈ ਕੇ ਆਉਂਦੇ ਸੀ ਜਾਂ ਇੱਥੇ ਵੈਪਨ ਇਹਨਾਂ ਨੂੰ ਪ੍ਰੋਵਾਈਡ ਕਰਵਾਏ? ਇਹ ਸਾਰੀ ਗੱਲ ਜਿਹੜਾ ਜੇਲ੍ਹ ਵਾਲਾ ਬੰਦਾ ਉੱਥੋਂ ਪਤਾ ਲੱਗਣੀ ਹੈਗੀ, ਉਹਨੂੰ ਲਿਆਂਦਾ ਜਾਏਗਾ ਫਿਰ ਪਤਾ ਲੱਗੇ। ਕਿਸੇ ਗੈਂਗ ਦੇ ਨਾਲ ਟਾਈ ਅਪ?
ਇਹਨਾਂ ਦਾ ਜੋ ਹੁਣ ਤੱਕ ਦੱਸਦੇ ਆ ਜੱਗੂ ਦਾ ਨਾਂ ਲੈ ਰਿਹਾ ਭਗਵਾਨਪੁਰੀਏ ਦਾ ਜੀ। ਹਾਂਜੀ, ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਈ SSP ਸਾਹਿਬ ਦੇ ਨਾਲ, ਤਾਂ ਉਹਨਾਂ ਨੇ ਦੱਸਿਆ ਜੋ ਸੋਸ਼ਲ ਮੀਡੀਆ ਦੇ ਉੱਤੇ ਕਦੋਂ ਕੁਛ ਮਰਡਰ ਜਾਂ ਕੁਛ ਲੁੱਟ ਕਰਦੇ ਨੇ ਤਾਂ ਉਹ ਵਾਰਦਾਤ ਕਿਹੜੀ ਹੈ ਸੋਸ਼ਲ ਮੀਡੀਆ 'ਚ ਪਾਈ ਜਾਂਦੀ ਹੈ ਗੈਂਗਵਾਰ, ਅਤੇ ਉਹਦੇ ਸੰਬੰਧ ਵਿੱਚ ਕਿਹੜਾ ਅੱਜ ਇੱਕ 4 ਨੌਜਵਾਨ ਜਲੰਧਰ SSP ਦਿਆਤ ਪੁਲਿਸ ਵੱਲੋਂ ਜਿਹੜਾ ਫੜੇ ਗਏ ਨੇ, ਅਤੇ ਉਹਨਾਂ ਨੂੰ ਇੱਕ ਅਪੀਲ ਕੀਤੀ ਹੈ ਯੂਥ ਨੂੰ, ਭਾਵੇਂ ਕਿਸੇ ਦਾ ਅਸਲਾ ਲਾਇਸੈਂਸ ਹੀ ਹੈ, ਭਾਵੇਂ ਕੁਛ ਵੀ ਹੈ, ਕੋਈ ਸੋਸ਼ਲ ਮੀਡੀਆ ਦੇ ਇੱਦਾਂ ਦੀ ਕੋਈ ਪੋਸਟ ਪਾਉਂਦਾ ਤਾਂ ਉੱਤੇ ਸਖ਼ਤ ਕਿਹੜੀ ਹੈ ਕਾਰਵਾਈ ਕੀਤੀ ਜਾਏਗੀ। ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ, ਜਗਬਾਣੀ TV ਜਲੰਧਰ।